ਯਾ ਨੂੰ ਇੰਟਰੋਡਿਊਸ ਕਰਾਨੀਆਂ ਸਾਡੇ ਸਿੱਖ ਕੋਲੀਸ਼ਨ ਦੇ ਰਿਪਰੈਜ਼ੈਂਟੇਟਿਵਸ ਜਿਹੜੇ ਹੈਗੇ ਮਨਬੀਨਾ ਕੌਰ ਸਤਿ ਸ੍ਰੀ ਅਕਾਲ ਸਸਟੀਕਾ ਸਜੀਤ ਕੌਰ ਸਤਿ ਸ੍ਰੀ ਅਕਾਲ ਐਂਡ ਅਮਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ ਕਿ ਆਪ ਸਾਰੇ ਅੱਜ ਸਾਡੇ ਨਾਲ ਸ਼ੋ ਤੇ ਆਏ ਹੋ ਐਂਡ ਯੂ ਆਰ ਹੇਅਰ ਕਿ ਟੂ ਐਜੂਕੇਟ ਐਂਡ ਆਫ ਕੌਰਸ ਸਾਡੇ ਵੀਅਰਸ ਨੂੰ ਦੱਸਣ ਵਾਸਤੇ ਕਿ ਸਿੱਖ ਕੋਲੀਸ਼ਨ ਕੌਣ ਹਨ ਐਂਡ ਕਿਹੜੇ ਕੰਮ ਕਮਿਊਨਿਟੀ ਵਾਸਤੇ ਕਰ ਰਹੇ ਹਨ ਵਾਟ ਇਜ਼ ਇਟ ਥੈਟ ਯੂ ਆਰ ਡੂਇੰਗ Which the community know, of course, fights are, and how they can fight for their rights. So, first of all, I to start by asking you what exactly is Sikh Coalition. I mean, of course, your name is out there; everyone knows who Sikh Coalition is. But still, I want to know a little bit about it. Sikh Coalition is a non-profit organization that provides service seva the Sikh community. ਤੇ ਆਮ ਸਿਕੋਲਿਸ਼ਨ ਵੈਸੇ ਸੈਪਟੈਂਬਰ 11th ਦੀ ਰਾਤ ਨੂੰ ਸ਼ੁਰੂ ਹੋਈ ਸੀ ਆਈਡੀਆ ਉਸ ਟਾਈਮ ਤੇ ਸ਼ੁਰੂ ਹੋਇਆ ਸੀ ਕਿਉਂਕਿ ਸਿੱਖਾਂ ਨੂੰ ਕਾਫੀ ਮੁਸ਼ਕਲ ਹੋ ਗਿਆ ਸੀ ਜਾਂ ਮਾਰਪੇਟ ਵਿੱਚ ਜਾਂ ਡਿਸਕ੍ਰਿਮੀਨੇਸ਼ਨ ਜਾਂ ਅਮ ਹਰੈਸਮੈਂਟ ਦੇ ਕੇਸਿਸ ਕੋਈ ਵੀ ਤੰਗ ਕਰ ਰਿਹਾ ਸੀ ਅਮ ਸੋ ਉਸ ਰਾਤੀ ਆਈਡੀਆ ਸ਼ੁਰੂ ਹੋ ਗਿਆ ਸੀ ਕਿ ਸਿੱਖਾਂ ਵਾਸਤੇ ਸਪੈਸੀਫਿਕਲੀ ਅਮ ਇੱਕ ਓਰਗੇਨਾਈਜੇਸ਼ਨ ਦੀ ਜ਼ਰੂਰਤ ਹੈ ਤਾਂ ਕਿ ਉਹ ਸਿੱਖਾਂ ਵਾਸਤੇ ਲੜ ਸਕਣ ਸਿੱਖਾਂ ਦੇ ਰਾਈਟਸ ਵਾਸਤੇ ਸਿੱਖਾਂ ਦੇ ਹੱਕ ਵਾਸਤੇ ਲੜ ਸਕਣ ਅਮ ਤੇ ਉਸ ਤੋਂ ਬਾਅਦ ਅਮ ਪਹਿਲਾਂ ਤੇ ਸਿਰ ਵਲੰਟੀਅਰ ਆਰਗੇਨਾਈਜੇਸ਼ਨ ਸੀ ਅਮ ਕੁਝ ਸੇਵਾਦਾਰ ਸੰ ਜਿਨ੍ਹਾਂ ਨੇ ਟਾਈਮ ਕੱਟ ਕੇ ਅਮ ਵਕਤ ਕੱਟ ਕੇ ਅਮ ਸੇਵਾ ਕੀਤੀ ਸੀ ਤੇ ਹੁਣ ਆਰਗੇਨਾਈਜੇਸ਼ਨ ਕਾਫੀ ਵੱਡੀ ਹੋ ਚੁੱਕੀ ਹੈ um organization de tin office agge ne oh, wow. main office new york city vich hai ga national okay. office okay. um te duje da office freemont california vich hai ga okay. um te hone washington dc vich vi ek shuru hoya hai Very nice. um te pure um barah staff member hai gine tin office vich so staffi kafi badh gi hai ki okay. hai te staff char program area vich kam karde aagene okay. um sade char program area hai gine legal ਲੀਗਲ ਹਾਂਜੀ ਅਮ ਐਡਵੋਕਸੀ ਜੋ ਅਸੀਂ ਪੰਜਾਬੀ ਆਮ ਤਰ ਤਕੇ ਪੋਲਿਸੀ ਕਹਿੰਦੇ ਆ ਗਏ ਆ ਅਮ ਕਮਿਊਨਿਟੀ ਆਰਗੇਨਾਈジング ਤੇ এডੂਕੇਸ਼ਨ ਲੀਗਲ ਵਿੱਚ ਅਸੀਂ ਜਿਹੜੇ ਵੀ ਡਿਸਕ੍ਰਿਮੀਨੇਸ਼ਨ ਹਰਾਸਮੈਂਟ ਤੇ এমਪਲੋਇਮੈਂਟ ਡਿਸਕ੍ਰਿਮੀਨੇਸ਼ਨ ਜਿਸ ਤੁਸੀਂ ਕੰਮ ਤੋਂ ਕੱਢੇ ਜਾਂਦੇ ਆਗੇ ਕਿਉਂਕਿ ਆਮ ਸਿੱਖ ਦਸਤਾਰ ਬੰਦ ਹੈਗੇ ਨੇ ਜਾਂ ਕੇਸ਼ ਰਖਤੇ ਹੈਗੇ ਨੇ ਅਮ ਕੋਸਰਾਨੇ ਕੇਸਸ ਜਾਂ ਕਿਰਪਾਨ ਦੇ ਕੇਸਸ ਅਮ ਕੁਝ ਸੈ ਕੋਲੀਸ਼ਨ ਵਿੱਚ ਵਕੀਲ ਹੈਗੇ ਨੇ ਜੋ ਇਹ ਕੇਸ ਲੜਦੇ ਹੈਗੇ ਨੇ ओके ਅਮ ਤੇ ਆ ਪਾਲਿਸੀ ਵਿੱਚ ਇਹ ਪੂਰੀ ਕਮਿਊਨਿਟੀ ਵਾਸਤੇ ਹੈਗਾ ਹੈ ਕਿਉਂਕਿ ਅਮ ਕੁਝ ਪਾਲਿਸੀਜ਼ ਅਮਰੀਕਾ ਵਿੱਚ ਹੈਗੀਆਂ ਐਂਕੁਇਜ ਲਾਜ਼ ਹੈਗੇ ਨੇ ਜੋ ਸਿੱਖਾਂ ਦੇ ਖਿਲਾਫ ਹੁੰਦੇ ਨੇ ਅਮ ਜਿਸ ਤਰ੍ਹਾਂ ਅਮ ਅਮ ਸੇਂਗ ਅਮ ਥੋੜਾ ਜਿਹਾ ਜ਼ਿਆਦਾ ਕਹਿਣਗੇ ਪਰ ਓਰੇਗਨ ਵਿੱਚ ਅਮ ਸਿਕ ਟੀਚਰਸ ਪੜਾ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਦਸਤਾਰ ਰੱਖੀ ਹੋਈ ਹੈ ਅਮ ਸੋ ਅਸੀਂ ਇਸ ਤਰ੍ਹਾਂ ਦੇ ਪਾਲਿਸੀਜ਼ ਦੇ ਬਾਰੇ ਅਮ ਦੇ ਲੜਦੇ ਆਂਗੇ ਦੇ ਖਿਲਾਫ ਲੜਦੇ ਆਂਗੇ ਅਮ ਤੇ ਕਮਿਊਨਿਟੀ ਆਰਗੇਨਾਈਜ਼ਿੰਗ ਇੱਕ ਬਹੁਤ ਹੀ ਜ਼ਰੂਰੀ ਪ੍ਰੋਗਰਾਮ ਏਰੀ ਹੈ ਗਿਆ ਜੋ ਕਮਿਊਨਿਟੀ ਵਾਸਤੇ ਅਮ ਸਿਰਫ ਕਮਿਊਨਿਟੀ ਅਮ ਕਦੇ ਕਦੇ ਮਦਦ ਚਾਹੀਦੀ ਹੈ ਸਾਨੂੰ ਕਮਿਊਨਿਟੀ ਦੀ ਜਾਇਵੋ ਪਟੀਸ਼ਨ ਸਾਈਨ ਕਰੇ ਜਾਂ ਕਾਂਗਰਸmen ਜਾਂ ਆਮ ਕਾਂਗਰਸmen ਨੂੰ ਲੈਟਰਸ ਭੇਜੇ ਇਸ ਤਰ੍ਹਾਂ ਦੀ ਚੀਜ਼ਾਂ ਆ ਕਮਿਊਨਿਟੀ ਦੇ ਨਾਲ ਆਮ ਕਾਂਗਰਸ ਨੂੰ ਰਿਪਰੈਜ਼ੈਂਟੇਟਿਵਸ ਨੂੰ ਪਤਾ ਚੱਲ ਜਾਂਦਾ ਹੈ ਕਿ ਸਿੱਖਾਂ ਵਾਸਤੇ ਪਾਲਿਸੀਜ਼ ਕਿੰਨੀ ਜ਼ਰੂਰੀ ਰਹੀ ਹੈ ਕਿ ਨਹੀਂ ਆ ਤੇ ਨਾਲ ਦੀ ਨਾਲ ਅਸੀਂ ਉਹ ਰਿਸ਼ਤਾ ਬਣਾਉਣਾ ਰੱਖਣਾ ਚਾਹੁੰਦੇ ਹਾਂ ਕਿਉਂਕਿ ਫੇਰ ਸਾਨੂੰ ਪਤਾ ਲੱਗ ਜਾਂਦਾ ਹੈ ਕਮਿਊਨਿਟੀ ਵਿੱਚ ਕਿਸ ਤਰ੍ਹਾਂ ਦੀ ਤਕਲੀਫ ਹੈਗੇ ਨੇ ਕਿਹੜੀ ਪ੍ਰੋਬਲਮਸ ਹੈਗੇ ਨੇ ਬੱਚੇ ਨੂੰ ਕੋਈ ਸਕੂਲ ਵਿੱਚ ਬੁਲੀ ਕਰ ਰਿਹਾ ਹੈਗਾ ਜਾਂ ਕਿਸੇ ਨੂੰ ਆਮ ਕੰਮ ਤੋਂ ਕੱਢਿਆ ਗਿਆ ਹੈਗਾ ਫਿਰ ਉਹ ਰਿਸ਼ਤੇਦਾਰ ਸਾਨੂੰ ਪਤਾ ਚੱਲ ਜਾਂਦਾ ਹੈਗਾ ਕਮਿਊਨਿਟੀ ਵਿੱਚ ਕਿਹੜੀਆਂ ਲੋੜਾਂ ਸਾਨੂੰ ਪੂਰੀਆਂ ਕਰਨੀ ਪੈਣੀਆਂ ਨੇ ਓਕੇ ਤੇ ਜਿਹੜਾ ਆਖਰੀ ਪ੍ਰੋਗਰਾਮ ਹੈ ਰੇਅਰ ਏਰੀਆ ਹੈਗਾ ਜਿਹਦੇ ਵਿੱਚ ਮੈਕ ਜੀ ਇੰਟਰਨ ਹੈਗੇ ਆ ਤੇ ਮੀਨਾ ਕੁਆ ਡਾਇਰੈਕਟਰ ਹੈਗੀ ਹੈ ਔਰ ਐਜੂਕੇਸ਼ਨ ਪ੍ਰੋਗਰਾਮ ਹੈ ਰਿਹਾ ਹੈ ਅੰਤੋਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਮ ਅਮਰੀਕਨ ਹੈਗੇ ਨੇ ਉਹਨਾਂ ਨੂੰ ਪਤਾ ਚੱਲ ਜਾਵੇ ਸਿੱਖਾ ਕੌਣ ਹੈਗੇ ਨੇ ਕਿਉਂਕਿ ਅੱਜ ਕਾਫੀ ਅਮਰੀਕਨ ਨੂੰ ਪਤਾ ਨਹੀਂ ਹੈਗਾ ਜਿਹੜਾ ਵੀ ਬੰਦਾ ਅੱਗੇ ਦਸਤਾਰ ਪਾਏ ਰੱਖਿਆ ਹੋਇਆ ਚੱਕੜ ਆਏਗਾ ਜਾਂ ਜੀਰੀ ਕੁੜੀ ਦੇ Baal lambe ਹੈਗੇ ਨੇ ਉਹ ਸਿੱਖ ਹੈਗੇ ਨੇ ਤੇ ਜੇ ਵਕਫੀ ਇਤਨੀ ਹੁੰਦੀ ਫਿਰ ਡਰ ਪੈਦਾ ਹੋ ਜਾਂਦਾ ਹੈਗਾ ਅੰਤੇ ਇਸ ਕਰਕੇ ਅਸੀਂ ਜਿੰਨੀ ਵੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਕਿ ਜਿਹੜੇ ਆਮ ਅਮਰੀਕਨ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਸਾਇਰਕ ਵਿੱਚ ਮਿਲਦੇ ਨੇ ਜਾਂ ਸਕੂਲ ਵਿੱਚ ਪੜ੍ਹਦੇ ਨੇ ਸਾਡੇ ਨਾਲ ਜਾਂ ਕੰਮ ਵਿੱਚ ਹੈਗੇ ਨੇ ਉਹਨਾਂ ਨੂੰ ਪਤਾ ਚੱਲ ਜਾਵੇ ਇਸੇ ਕੌਣ ਹੈਗੇ ਨੇ ਤੇ ਉਹ ਡਰ ਮਿਟ ਜਾਵੇ ਮਿਟ ਜਾਵੇ ਓਕੇ ਨਾਓ ਲੈ ਮੈਂ ਅਸਕੇ ਤੁਸੀਂ ਡਿਫਰੈਂਟ ਪ੍ਰੋਗਰਾਮਸ ਜਿਹੜੇ ਕਈ ਨੇ ਅਮ ਪ੍ਰੋਗਰਾਮਸ ਜਿਹੜੇ ਥੋਰੀ ਸਿਕ ਕੋਲੀਸ਼ਨ ਦੇ ਥ्रू ਹੈਗੇ ਇਹ ਹਰ ਆਫਿਸ ਅੰਦਰ ਹੈ ਨਾ ਸਿਰਫ ਨਿਊਯਾਰਕ ਅੰਦਰ ਇਹ ਚਾਰ ਹੈਗੇ ਤੇ ਕੈਲੀਫੋਰਨੀਆ ਅੰਦਰ ਦੋ ਹੈਗੇ ਵਾਸ਼ਿੰਗਟਨ ਅੰਦਰ ਇੱਕ ਹੈ इस सारे ऑफिसिस अंदर चारों प्रोग्राम अवेलेबल ने मेन ऑफिस व्हिच चार प्रोग्राम है गिवन कैलिफोर्निया ऑफिस व्हिच चार है गिवन पूरे लीगल हैगा या यस लीगल एडवोकेसी ओके कम्युनिटी ऑर्गेनाइजिंग भी अवेलेबल है एंड सो वी आर लुकिंग असली कि उस एरिया अंदर भी ये प्रोग्राम्स ਡਿਵੈਲਪ ਹੋਣ ਤਾਂ ਕਿ ਉੱਥੇ ਦੇ ਲੋਕਾਂ ਨੂੰ ਵੀ ਹੈਲਪ ਹੋਏ ਕਿਉਂਕਿ ਕੈਲੀਫੋਰਨੀਆ ਔਰ ਵਾਸ਼ਿੰਗਟਨ ਅੰਦਰ ਕਾਫੀ ਸਿੱਖਾਂ ਦੀ ਕਮਿਊਨਿਟੀ ਹੈ ਤੇ ਆਫ ਕੋਰਸ ਮੈਂ ਆਪਣੇ ਵਿਊਅਰਸ ਨੂੰ ਕਹਿਣਾ ਚਾਹਾਂਗੀ ਜੇ ਤੁਸੀਂ ਇਸ ਏਰੀਆ ਅੰਦਰ ਰਹਿੰਦੇ ਹੋ ਪਲੀਜ਼ ਸਿੱਖ ਕੋਲੀਸ਼ਨ ਨੂੰ ਕਾਲ ਕਰਕੇ ਤੁਸੀਂ ਉਹਨਾਂ ਨਾਲ ਇਨਵੋਲਵ ਹੋ ਤਾਂ ਕਿ ਤੁਹਾਡੀ ਕਮਿਊਨਿਟੀ ਅੰਦਰ ਹੈਲਪ ਹੋਏ ਐਂਡ ਪਲੀਜ਼ ਆਪਣੀ ਕਮਿਊਨਿਟੀ ਅੰਦਰ ਇਨਵੋਲਵ ਹੋ ਕੇ ਤੁਹਾਨੂੰ ਆਪੇ ਆਪਣੇ ਅੰਦਰ ਵੀ ਫਰਕ ਲੱਗੇਗਾ ਸੋ ਦੈਟਸ ਗ੍ਰੇਟ ਆਮ ਗਲੈਡ ਯੂ ਟੋਲਡ ਅਸ ਦੈਟਸ ਕਾਸ ਧੀਰੇ ਧੀਰੇ ਉਹ ਵੀ ਡਿਵੈਲਪ ਹੋਏ ਡਿਵੈਲਪਮੈਂਟ ਸਟੇजेस ਅੰਦਰ ਹੈਗੀਆਂ ਜਿੰਨਾਂ ਲਈ ਜਿਹੜੇ ਤੁਹਾਡੇ ਪਾਲਿਸੀਜ਼ ਹੈਗੀਆਂ I know last time to the Sikh Coalition, I think a couple of months ago, Jee Representatives, I see. Usanu Dasu, we different matters, different um, cases. that mm. Jee De Halle Carvei Chalri Hagi. The Amardeep Singh Ji, Tusi Sanu Dasu, ki hun recently Matters or Cases. They, you sare kam kar and what are some more future cases? that you ab kam kar One big piece of news for the whole Sikh comm is that yesterday, mm -hmm. uh, in Oregon, uh, the state senate. Voted to end the ban on Sikhs being able to serve as uh, teachers oh, in the wow. public schools. As Banji was just mentioning, that yesterday, after uh, seven months of work mm -hmm. uh, by our organization, other Sikh organizations also, United Sikhs and SALDEF, Sikh American Legal Defense and Education Fund, mm -hmm. the Senate uh, decided to end this ban so that Sikhs now can serve as school teachers with their full Sikh uh, articles of faith, the STAR and another BANA. ਏ ਪਹਿਲੇ ਆਈ نو ਆਮ ਅਵੇਅਰ ਕਿ ਐਡ ਲਾਈਕ ਯੂ ਸੈਡ ਸੈਲਡ ਫਾਲੀਵੀ ਆਈ ਸੀ ਕਿ ਕੁਝ ਹੋਤੀ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਓਰੀਗਨ ਅੰਦਰ ਇੱਕ ਕੇਸ ਹੈਗਾ ਇ ਲਾ ਹੈਗਾ ਕਿ ਜੇ ਤੁਸੀਂ ਆਪਣੀ ਹੈਡ ਕਵਰਿੰਗਸ ਪਾਉਂਦੇ ਹੋ ਇਹ ਹੋਰ ਦੂਜੇ ਰਿਲੀਜੀਅਨਸ ਵਾਸਤੇ ਸੀਗਾ ਪਰ ਉਸ ਦੇ ਨਾਲ ਸਿੱਖਾਂ ਨੂੰ ਕਾਫੀ ਅਫੈਕਟ ਹੋ ਰਿਹਾ ਸੀ ਤੇ ਹੁਣ ਬੈਨ ਉਹਨਾਂ ਨੇ ਦੇਵ ਅਪਲਿਫਟਡ ਇਟ ਦੇਵ ਦੇਵ ਅਪਲਿਫਟਡ ਇਟ ਨਾਓ ਵੀਰ ਜਸ ਵੇਟਿੰਗ ਫਾਰ ਦਾ ਗਵਰਨਰ ਟੂ ਸਾਈਨ ਦਾ ਬਿਲ ਐਂਡ ਦੈਨ ਇਟਲ ਬੀਕਮ ਦਾ ਲਾ ਥੈਟ ਸਿੱਖ ਕੈਨ ਸਰਵ ਐਸ ਟੀਚਰਸ ਸਿੱਖ ਕੈਨ ਸਰਵ ਐਸ ਟੀਚਰਸ ਇਨ ਸਟੇਟ ਆਫ ਓਰੀਗ Okay, now this is a very big matter. A kafi vada case ka national level te, of course. A saare affect effect kartahega, if anyone's looking to go and work there. Is there only? you see sort national cases te, kam ho. or do you also handle ki, I don't want to say chote moti case, because it's not uh -huh. chote moti case If it's affecting kisi, lifestyle no uh -huh. effect kartahega, a case But is there not a kore kede cases to see handle So on the uh, more local level, uh, on Friday, we're filing a lawsuit in New Jersey. Okay. That lawsuit is against Lexus of America, the car dealerships, because mm -hmm. they've told the sick that the only way that he can serve as a uh, auto salesman mm -hmm. is if he removes his uh, darty. he removes his beard. Oh, wow. um, so we're filing a lawsuit against Lexus. These cases are also very important because if a big employer like Lexus, that is very uh, prominent, in the public view, can discriminate against the sick sends a message that other people can also. Exactly. So we're going to file a lawsuit on Friday, in New Jersey against Lexus. Okay, and uh, what are the other cases? I know there was other some cases that you recently handled, and some more that are upcoming now. Yeah, uh, I know that we had uh, 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 Captain Kamaljeet Singh Khalsi on right. the show a, a month ago or so. Um, the army had decided to allow him to serve with his full sick articles of faith in the army, okay. but the army did not change the policy for all six. So we're still fighting that campaign, and next week we're going to file another case with the army because we found a sick who has said, I would like to serve. And as per army policy, now we have to make a request to the army that he be able to serve with his, the star and his beard and his full sick articles of faith. Okay,